ਲਾਈ ਜਾਂਦੇ ਆ, ਲਾਈ ਜਾਂਦੇ ਆ, ਲਾਈ ਚੱਲੋ ਮਗਰੋਂ ਬਹੁ ਬਹੁ ਜਿੰਨੀ ਮਰਜ਼ੀ ਕਰੀ ਚੱਲੋ, ਜਿਹਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ। ਚੋਰ ਬਿਨਾ ਪਟਨਾ ਜਦੋਂ ਟੈਲੈਂਟ 'ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ। ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ। ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ? ਅੱਜ ਤੱਕ ਦੱਸ ਦਿਓ, ਗਵਾਹੀ ਹੈ। ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਤੁਹਾਡੀ ਸੇਫਟੀ ਲਈ ਹੈ। ਜਦੋਂ ਕਿਸੇ 'ਤੇ ਹਵਾ ਕਰਨ ਲੱਗੇ, ਜਦੋਂ ਮਾੜੀ ਚੀਜ਼ ਆਪਦੇ ਲਈ ਵੀ ਤਾਂ ਦੂਜੇ ਲਈ ਵੀ। ਬਹੁਤ ਧੱਕਾ ਦੇ ਕੇ ਸਾਈਡ ਕੋਈ ਕਰ ਦੂ, ਸਿੱਧੂ ਮੂਸੇਵਾਲਾ ਕੋਈ ਧੱਕਾ ਲਾਈ ਜਾਂਦੇ ਆ, ਲਾਈ ਜਾਂਦੇ ਆ, ਲਾਈ ਚੱਲੋ। ਇਹਦਾ ਜਿੱਥੇ ਪੈਰ ਗੜੋ ਲਿਓ ਉੱਥੇ ਖੜੇ ਆ। ਆਪਦੀ ਮਰਜ਼ੀ ਹੋਊ ਤਾਂ ਪਿੱਛੇ ਹਟ ਜਾਵਾਂਗੇ, ਨਹੀਂ ਨਹੀਂ ਕਿਸੇ ਦੇ ਧੱਕਿਆਂ ਨਹੀਂ ਹਟਦੇ। ਮਗਰੋਂ ਬਹੁ ਬਹੁ ਜਿੰਨੀ ਮਰਜ਼ੀ ਕਰੀ ਚੱਲੋ, ਜਿਹਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ। ਹੁਣ ਅੱਗੇ ਪਿੱਛੇ ਜਾ ਜਾ ਕਹੀ ਜਾਣਾ ਵੀ ਅਸੀਂ ਚੱਕ ਰਹੇ ਸੀ, ਇਹ ਕਰਦੇ ਕੱਖ ਨਹੀਂ ਆਉਣਾ। ਸਾਰੀ ਦੁਨੀਆਂ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੀ ਰੀਟ ਆਈ ਹੈ ਇੱਥੇ। ਇਹਨਾਂ ਦੇ ਦਿਮਾਗਾਂ 'ਚ ਰੀਲਾਂ ਭਰੀਆਂ ਹੋਈਆਂ ਨੇ ਵੀ ਕਿੱਥੇ ਲਿਆ ਲਿਆ, ਕਿਹਨੇ ਕਿਵੇਂ ਮਾਰੀਆਂ ਨੇ ਇਹਨਾਂ ਦੇ। ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕੌਣ ਕਿੰਨੇ ਕੁ ਪਾਣੀ 'ਚ ਹੈ। ਚੋਰ ਬਿਨਾ ਪਟਨਾ ਹੰਕਾਰ ਨਹੀਂ ਏ ਰੁਤਬਾ ਮੂਸੇ। ਜਿਗਰੇ ਸਿਰ ਤੇ ਚੋਪਰ ਟੁੱਟ ਟੁੱਟ ਪੈਂਦਾ ਏ, ਟੈਂਪੂ ਨਹੀਂ ਜੋ ਫੁੜਕਦੇ ਰਹਿੰਦੇ। ਕੁਝ ਕੁ ਵਕਤ ਲਈ ਹੱਥਾਂ 'ਚ ਹਥਿਆਰ ਛੱਡੇ, ਆ ਦਬ ਗਿਆ ਯਤ ਭੈਮ ਪਾਲ ਲਿਆ। ਲੋਕਾਂ ਦੀ ਨਾ, ਕਈ ਲੋਕਾਂ ਦੀ ਥੋੜੀ ਜਿਹੀ ਮੈਮਰੀ ਵੀਕ ਹੈ। ਉਹ ਸਿੱਧੂ ਆ ਇਹ ਲੋਕ ਜੇ ਕਾ ਤੂੰ ਭੁੱਲ ਜਾਂਦੇ, ਉਹ ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹਿਰਨ ਦੀਆਂ ਰੋਕਾਂ ਦੇ। ਪਤਾ ਕੀ ਗੱਲ ਆ ਬਾਈ, ਹਰੇਕ ਬੰਦੇ ਦੀ ਜ਼ਿੰਦਗੀ ਦੇ ਆਪਣੇ ਸਰਕਮਸਟਾਂਸਿਸ ਹੁੰਦੇ ਨੇ, ਉਸ ਹਿਸਾਬ ਨਾਲ ਜਿਉਂਦਾ। ਮੇਰਾ ਵੀ ਉਹੀ ਸੁਭਾਅ ਹੈ। ਹਰੇਕ ਬੰਦੇ ਨੂੰ ਥੋੜ੍ਹੀ ਜਿਹੀ ਪਰਸਨਲ ਸਪੇਸ ਦੇ ਵਿੱਚ ਆਜ਼ਾਦੀ ਹੁੰਦੀ ਹੈ ਵੀ ਉਹ ਯਾਰ ਆਪਣੀ ਚਾਰ ਦੀਵਾਰੀ 'ਚ ਬਹਿ ਕੇ, ਆਪਣੇ ਭਰਾਵਾਂ ਨਾਲ ਬਹਿ ਕੇ, ਆਪਣੇ ਮਾਂ ਪਿਓ ਨਾਲ ਬਹਿ ਕੇ ਇੰਜੋਏ ਕਰੇ ਜਾਂ ਕਿਤੇ ਵੀ, ਹੈ ਨਾ। ਪਰ ਬੜੇ ਲੋਕ ਤੁਹਾਨੂੰ ਜੱਜ ਕਰਦੇ ਉਸ ਹਿਸਾਬ ਨਾਲ, ਮੈਨੂੰ ਤਾਂ ਬਾਹਲਾ ਹੀ ਕਰਦੇ ਆ। ਫਿਰ ਮੈਂ ਸੱਜਰਾ ਸ਼ਰੀਕ ਹਾਂ ਨਾ ਤਾਂ ਕਰਕੇ। ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ, ਵੀ ਚਲੋ ਦਾਰੂ ਹੀ ਪੀਤੀ ਆ, ਤੁਹਾਡੇ ਵਾਂਗੂ ਭਰਵੱਟੇ ਤਾਂ ਨਹੀਂ ਮਨਾਏ ਅਸੀਂ। ਜਦੋਂ ਟੈਲੈਂਟ 'ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ। ਇਹ ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ। ਉਹ ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ, ਪਰ ਫਿਰ ਇਹ ਭੁੱਲ ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ, ਨਾਕਾਮ ਨਹੀਂ ਹੋ ਸਕਦੇ। ਕਦੇ ਬਦਨਾਮੀ ਹੁੰਦੀ ਹੈ, ਇਹਦੇ ਚਾਰ ਵਿਆਹ ਨੇ, ਪੰਜਵਾਂ ਵੀ ਕਰਵਾਵਾਂਗੇ, ਦੱਸੋ ਤੁਸੀਂ ਕੀ ਲੈਣਾ ਕਿਸੇ ਤੋਂ। ਸਾਡਾ ਸਿਰਫ ਸਿਰਫ ਗਾਣਿਆਂ ਤੱਕ ਹੈ, ਐਂਟਰਟੇਨਮੈਂਟ ਤੱਕ ਹੈ, ਦੈਟਸ ਇਟ। ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ? ਅੱਜ ਤੱਕ ਦੱਸ ਦਿਓ, ਗਵਾਹੀ ਹੈ। ਲੋਕ ਆਪ ਹੀ ਗਾਣੇ ਗਾ ਕੇ ਆਪ ਹੀ ਨਸ਼ਾ ਛਡਾਊ ਕੇਂਦਰ ਵਾਲੇ ਬਣ ਜਾਂਦੇ ਨੇ। ਹਥਿਆਰਾਂ ਦੀ ਗੱਲ ਕਰਦੇ ਹਾਂ, ਮੈਂ ਵੀ ਮੰਨਦਾ ਕਰਦਾ, ਪਰ ਸਾਡਾ ਧਰਮ ਹਥਿਆਰਾਂ ਤੋਂ ਬਿਨਾਂ ਕੀ ਆ? ਠੀਕ ਹੈ ਨਾ ਜੀ,
ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਤੁਹਾਡੀ ਸੇਫਟੀ ਲਈ ਹੈ। ਜਦੋਂ ਕਿਸੇ 'ਤੇ ਹਵਾ ਕਰਨ ਲੱਗ, ਜਦੋਂ ਮਾੜੀ ਚੀਜ਼ ਆਪਦੇ ਲਈ ਵੀ ਤਾਂ ਦੂਜੇ ਲਈ ਵੀ। ਇਹ ਸਾਡੀਆਂ ਸੋਚਾਂ ਖਰਾਬ ਨੇ ਬਾਈ, ਕਿਸੇ 'ਤੇ ਕੋਈ ਨੁਕਸਾਨ ਨਹੀਂ। ਤੁਸੀਂ ਅੱਜ ਕੱਲ੍ਹ ਇੱਕ ਬੜੀ ਕਾਮਨ ਜਿਹੀ ਚੀਜ਼ ਦੇਖਦੇ ਹੋਵੋਗੇ, ਹਥਿਆਰ ਵਾਲੇ ਗਾਣੇ ਹੋ ਗਏ ਜੀ, ਕਲਚਰ ਖਰਾਬ ਹੋ ਗਿਆ। ਇਹ ਕਿਹੋ ਜਿਹਾ ਤੁਸੀਂ ਦੁਨੀਆਦਾਰੀ ਸੁਧਾਰ ਰਹੇ ਹੋ ਵੀ ਗਾਣਿਆਂ ਵੱਲ ਦੇਖ ਰਹੇ ਹੋ, ਉੱਧਰ ਵੈੱਬ ਸੀਰੀਜ਼ ਬਣ ਰਹੀਆਂ, ਉਹਨਾਂ 'ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ। ਜਿਹੜਾ ਅਸੀਂ ਕਹਿੰਦਾ ਵੀ ਮੇਰੇ ਕੋਲ ਮੈਂ ਹਥਿਆਰ ਲੈ ਕੇ ਮੈਂ ਮਾਰਤਾ, ਅਸੀਂ ਕਦੇ ਉਹ ਤਾਂ ਨਹੀਂ ਦਿਖਾਇਆ, ਗਾਲਾਂ ਤਾਂ ਨਹੀਂ ਕੱਢੀਆਂ ਕਿਸੇ ਨੂੰ। ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਹਾਂ, ਸਾਡੇ ਨਾਲ ਤੁਰੋ। ਅਸੀਂ ਗਾਉਣੇ ਬੰਦ ਕਰਦੇ ਹਾਂ, ਲਾਇਸੈਂਸ ਬੰਦ ਕਰੋ, ਹਥਿਆਰ ਰੱਖਣੇ ਬੰਦ ਕਰੋ ਦੇਸ਼ ਦੇ ਵਿੱਚ, ਬੰਦ ਕਰੋ ਸਾਰਾ ਕੁਛ, ਠੇਕੇ ਬੰਦ ਕਰੋ, ਸਾਰਾ ਕੁਛ ਬੰਦ, ਅਸੀਂ ਵੀ ਕਰਦੇ ਹਾਂ। ਤੁਹਾਡਾ ਸੈਂਸਰ ਬੋਰਡ ਬੰਦ ਕਰੋ, ਜਿਹੜਾ ਸੈਂਸਰ ਕਰਕੇ ਭੇਜਦਾ ਵੀ ਆ ਗਾਦੇ, ਉਦੋਂ ਤੁਹਾਡੇ ਉਹ ਤਾਂ ਪਾਸ ਕਰਕੇ ਭੇਜਣੇ, ਇੱਥੇ ਤੁਸੀਂ ਕਾਗਜ਼ਾਂ 'ਤੇ ਫੋਰਮੈਲਿਟੀ ਨੰਬਰ ਕੁੱਟਣ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਤੋਂ। ਨਾਲੇ ਇੱਕ ਇੱਕ ਸੋਚ ਹੈ, ਆਹ ਮੁੱਠੀ ਵਾਂਗੂ ਸੋਚ ਲੋਕਾਂ ਦੀ ਜੁੜੀ ਹੋਈ ਹੈ। ਮੈਂ ਵੀਰੇ 6ਵੀਂ ਕਲਾਸ ਤੋਂ ਗਾਣੇ ਸੁਣ ਰਿਹਾ ਹਥਿਆਰਾਂ ਵਾਲੇ, ਕਾਲਿਆਂ ਦੇ ਗਾਣੇ। ਮੈਂ ਕਦੇ ਕੁਛ ਨਹੀਂ ਕੀਤਾ, ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰ, 6.5 ਪਿੰਡ ਆਈਲੈਸ ਦੇ ਵਿੱਚੋਂ ਕੈਨੇਡਾ ਗਿਆ, ਫਿਰ ਗਾਇਕੀ 'ਚ ਆਇਆ। ਮੈਂ ਕਦੇ ਕਿਸੇ ਦੇ ਗੋਲੀ ਨਹੀਂ ਮਾਰੀ। ਕਿਉਂ ਨਹੀਂ ਮਾਰੀ? ਕਿਉਂਕਿ ਮੇਰੇ ਮਾਪੇ ਮੈਨੂੰ ਸਮਝਾਉਂਦੇ ਸੀ ਵੀ ਪੁੱਤ ਆਹ ਤੇਰਾ ਚੰਗਾ, ਆਹ ਤੇਰਾ ਮਾੜਾ, ਆਪਣੇ ਕੋਲ ਇੰਨੇ ਕੁ ਪੈਸੇ ਆ, ਇੰਨੀ ਕੁ ਜ਼ਮੀਨ ਆ, ਤੂੰ ਆਹ ਕੰਮ ਕਰਨਾ, ਆਹ ਕੰਮ ਨਹੀਂ ਕਰਨਾ, ਜੇ ਤੂੰ ਆਹ ਕੰਮ ਕੀਤਾ ਤਾਂ ਤੇਰੇ 'ਤੇ ਆਹ ਬੈਡ ਇਫੈਕਟ ਪਊ, ਜੇ ਤੂੰ ਆਹ ਚੰਗਾ ਕੀਤਾ ਤਾਂ ਤੇਰੇ ਲਈ ਆਹ ਚੰਗਾ ਹੋ ਜੂ। ਉਹ ਜਦੋਂ ਤੁਸੀਂ ਆਪਦੇ ਜਵਾਕਾਂ ਨੂੰ ਕੁਛ ਦੱਸਣਾ ਹੀ ਨਹੀਂ, ਫਿਰ ਆਪਾਂ ਲੋਕਾਂ 'ਤੇ ਕਿਉਂ ਥੋਪਦੇ ਹਾਂ ਵੀ ਤੁਸੀਂ ਖਰਾਬ ਕਰਤੇ ਜਵਾਕ? ਮੇਰੇ ਵੀਰੋ, ਜੇ ਕੋਈ ਕਿਸੇ ਦਾ ਘੋੜਾ ਪੁੱਤ ਦੱਬਦਾ ਨਾ, ਜਾਂ ਤਾਂ ਉਹਦੇ ਹਾਲਾਤ ਇਹੋ ਜਿਹੇ ਹੁੰਦੇ ਨੇ, ਜਾਂ ਉਹਦੀ ਸਿੱਖਿਆ ਇਹੋ ਜਿਹੀ ਹੁੰਦੀ ਹੈ। ਕਦੇ ਕੋਈ ਕਿਸੇ ਤੋਂ ਕਹਿ ਕੇ ਕੁਛ ਨਹੀਂ ਕਰਵਾਉਂਦਾ ਕਿਸੇ ਨੂੰ, ਇਹ ਦੂਜਿਆਂ 'ਤੇ ਥੋਪਣਾ ਬੰਦ ਕਰੋ। ਇੱਥੇ ਵੀ ਬੜੇ ਬੱਚਿਆਂ ਦੇ ਮਾਂ ਪਿਓ ਆਏ ਹੋਣਗੇ, ਉਹਨਾਂ ਦੀ ਇਹ ਜ਼ਿੰਮੇਵਾਰੀ ਆਪਣੇ ਜਵਾਕਾਂ ਨੂੰ ਸਮਝਾਉਣ ਵੀ, ਪੁੱਤ ਆਹ ਤੇਰਾ ਚੰਗਾ, ਆਹ ਤੇਰਾ ਮਾੜਾ, ਜੇ ਤੂੰ ਆਹ ਮਾੜਾ ਕਰੇਗਾ ਤੇ ਨਾਲ ਆਹ ਮਾੜਾ ਹੋਊਗਾ, ਠੀਕ ਹੈ ਨਾ ਜੀ? ਧੱਕਾ ਤਾਂ ਕਰ ਲਾਂਗੇ, ਇਹੀ ਤਾਂ ਆਉਂਦਾ। ਜੇ ਮੈਂ 2-3 ਨੂੰ ਹੁਣ ਗਾਲਾਂ ਕੱਢੀਆਂ ਹੁੰਦੀਆਂ ਨਾ, ਮਿੰਟ 'ਚ ਕਹਿ ਦੇਣਾ ਅਸੀਂ ਤਾੜੀਆਂ ਮਾਰੀ ਸੀ, ਅੱਜ ਸਹੀ ਗੱਲ ਕਰਦਾ, ਕਿਸੇ ਨੇ ਤਾੜੀ ਨਹੀਂ ਮਾਰੀ। ਉਹ ਤਾੜੀ ਮਰਵਾਉਣ ਨੂੰ ਨਹੀਂ ਕਹਿ ਰਿਹਾ, ਮੈਂ ਇਹ ਕਹਿਣਾ ਵੀ ਜੇ ਤੁਹਾਨੂੰ ਤੁਹਾਡੇ ਭਰਾ ਦੀ ਕੋਈ ਗੱਲ ਸਹੀ ਲੱਗਦੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਮੇਰਾ ਵੀਰ। ਇਹਨਾਂ ਲਈ ਤਾਂ ਮੈਂ ਵਾਧੂ ਹਾਂ, ਕੱਲ ਹੀ ਨਹੀਂ ਮੁੱਕਦਾ, ਸਾਰੀ ਜ਼ਿੰਦਗੀ ਜ਼ੋਰ ਲੈ ਜਾਣਾ, ਜੰਮ ਜਮ ਆਈ ਜਾਣ ਦੁਬਾਰੇ, ਤਾਂ ਵੀ ਕੋਈ ਚੱਕਰ ਨਹੀਂ। ਪਰ ਜੋ ਤੁਹਾਡੇ ਚੰਗੇ ਲਈ ਚੀਜ਼ ਹੈ ਮੇਰਾ ਵੀਰ, ਜੇ ਕੁਛ ਕਹਿਣਾ ਹੁੰਦਾ ਤਾਂ ਨਾ ਆਪਣਾ ਛੋਟਾ ਭਰਾ ਜਾਂ ਵੱਡਾ ਭਰਾ ਮੰਨ ਕੇ ਸਮਝਿਆ ਕਰੋ, ਠੀਕ ਹੈ ਨਾ ਮੇਰਾ?